देखो इस तो पहला की हुंदा सी कि प्रीवियस गवर्नमेंट जिन्नी भी सी लोकां तो सुझाव लैंदे नहीं सी ओह लोकां ते फैसले थोपदे सी कि असीं आ फैसला करता आ तुहाडे लई आ तुहानूं हुण आ मनणा पैणा हुण इह जिहड़ा बजट आ रिहा इह मान साहब वल्लों है वी इह लोकां दा बजट बजट दे उत्ते पंजाब दी सारी इकोनमी टिकी और बजट ही सारा पंजाब दा सारा ढांचे नूं मेनटेन करे अगे देखेगा वी किवें चलाउणा आपां पंजाब नूं लोक हुण आउंदे ने आपके पिछली सरकारों के तजर्बे शेयर करते हैं सामने दस दें भी मगलिया सरकार ने आ गलतियां की आप करा आ कानून उन्होंने लागू किए ये नहीं होने चाहिए से आप करा तो वो जे सा को तजर्बे जे सा को एक्सपीरियंस आए हैं असं अज मान साहब देखे रखे ने ਪਤਾਵਾ ਜੋ ਸਭ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਇੰਨੀ ਇਨਕੰਪੀਟੈਂਟ ਹੋ ਗਈ ਹੈ ਕਿ ਹੁਣ ਲੋਕਾਂ ਤੋਂ ਪੁੱਛਣਾ ਪੈ ਰਿਹਾ ਕਿ ਬਜਟ ਕੀ ਬਣਾਈਏ ਸ਼ੁਕਰ ਹੈ ਇਹਨਾਂ ਨੇ ਲਾਅ ਐਂਡ ਆਰਡਰ ਦਾ ਨਹੀਂ ਪੁੱਛੇ ਕਿ ਕਾਨੂੰਨ ਕੀ ਬਣਾਈਏ ਕੈਪੇਬਲ ਕੌਣ ਔਰ ਇਨਕੈਪੇਬਲ ਕੌਣ ਹੈ ਇਹ ਹੁਣ ਰੀਸੈਂਟਲੀ ਇਲੈਕਸ਼ਨ 'ਚ ਪਤਾ ਚੱਲ ਚੁੱਕਿਆ ਜਿਹੜੇ ਕੈਪੇਬਲ ਸੀ ਦੇ ਆਰ ਇਨ ਦਾ ਗਵਰਨਮੈਂਟ ਐਂਡ ਜਿਹੜੇ ਇਨਕੈਪੇਬਲ ਸੀ ਦੇ ਆਰ ਆਊਟ ਆਫ ਦਾ ਗਵਰਨਮੈਂਟ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਸਿਰਫ ਲੋਕਾਂ ਨੂੰ ਪਤਾ ਲੱਗਦਾ ਸੀ ਯਾਰ ਅਸੀਂ ਸਿਰਫ ਵੋਟਰ ਹੈਗੇ ਹਾਂ ਸਾਡੇ ਤੋਂ ਵੋਟ ਲਈ ਜਾਂਦੀ ਹੈ ਔਰ ਲੋਕ ਸਰਕਾਰਾਂ ਬਣਾ ਕੇ ਸਰਕਾਰਾਂ ਚਲਾਉਂਦੇ ਨੇ ਪਰ ਕਦੇ ਵੀ ਲੋਕਾਂ ਨੂੰ ਪਾਰਟ ਆਫ ਗਵਰਨਮੈਂਟ ਨਹੀਂ ਸਮਝਿਆ ਗਿਆ ਜੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਲੋਕਾਂ ਤੋਂ ਬਜਟ ਦੇ ਉੱਤੇ ਉਹਨਾਂ ਦੇ ਸੁਝਾਵ ਲਵਾਂਗੇ ਹੋਰ ਚੀਜ਼ਾਂ 'ਤੇ ਸੁਝਾਵ ਲਵਾਂਗੇ ਤਾਂ ਲੋਕਾਂ ਨੂੰ ਇਹ ਮਹਿਸੂਸ ਹੋਏਗਾ ਵੀ ਦੇ ਆਰ ਦਾ ਪਾਰਟ ਆਫ ਗਵਰਨਮੈਂਟ ਐਮ ਓ ਯੂ ਕੀ ਚੀਜ਼ ਹੈ ਅੰਡਰਟੇਕਿੰਗ ਅੰਡਰਟੇਕਿੰਗ ਹੈ ਸ਼ੇਅਰ ਆਫ ਨੌਲੇਜ ਜਦੋਂ ਔਥ ਹੁੰਦੀ ਹੈ ਸੀਐਮ ਸਾਹਿਬ ਕੀ ਔਥ ਲੈਂਦੇ ਨੇ ਕਿ ਮੈਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਜੇ ਕਿਸੇ ਦੇ ਭਲੇ ਲਈ ਜੇ ਆਪਦਾ ਤਜਰਬਾ ਸ਼ੇਅਰ ਹੋ ਰਿਹਾ ਵੇਅਰ ਇਜ਼ ਇਲੀਗਲ ਅਨਕੋਨਸਟੀਟਿਊਸ਼ਨਲ ਵਰਸਸ ਕੀ ਹੋ ਮੈਡੀਕਲ ਸਹੂਲਤਾਂ ਪੰਜਾਬ ਚ ਸ਼ਾਇਦ ਦਿੱਲੀ ਨਾਲੋਂ ਜ਼ਿਆਦਾ ਅੱਛੀਆਂ ਨੇ ਪੜ੍ਹਾਈ ਦੀਆਂ ਸਹੂਲਤਾਂ ਪੰਜਾਬ ਸ਼ਾਇਦ ਦਿੱਲੀ ਨਾਲੋਂ ਜ਼ਿਆਦਾ ਵਧੀਆ ਨੇ ਖੇਤੀ ਦਾ ਜਿਹੜਾ ਪ੍ਰਧਾਨ ਸੂਬਾ ਹੈ ਪੰਜਾਬ ਫਿਰ ਪੰਜਾਬ ਨੌਲੇਜ ਸ਼ੇਅਰ ਕਰ ਰਿਹਾ ਆਪਣੀ ਕਿ ਦਿੱਲੀ ਤੋਂ ਕੀ ਨੌਲੇਜ ਲੈ ਰਿਹਾ ਪੰਜਾਬ ਇਹਨਾਂ ਨੂੰ ਦਰਦ ਇਸ ਗੱਲ ਦਾ ਹੋ ਰਿਹਾ ਵੀ ਇਹ ਗਰੀਬ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੀਕਰ ਸੈਕਸ਼ਨ ਲੋਅਰ ਮਿਡਲ ਕਲਾਸ ਐਸ ਸੀ ਭਾਈਚਾਰਾ ਜਾਂ ਮਿਡਲ ਕਲਾਸ ਬੱਚੇ ਪੜ੍ਹਦੇ ਨੇ ਇਹਨਾਂ ਨੂੰ ਇਹ ਰਾਸ ਨਹੀਂ ਆ ਰਿਹਾ ਕਿ ਇਹ ਬੱਚੇ ਪੜ੍ਹ ਲਿਖ ਕੇ ਦੇਸ਼ ਦਾ ਭਵਿੱਖ ਬਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ ਅੱਜ ਸੀਐਮ ਭਗਵੰਤ ਮਾਨ ਵੱਲੋਂ ਇੱਕ ਅਹਿਮ ਮੀਟਿੰਗ ਬੁਲਾਈ ਗਈ ਸੀ ਜਿਸ ਦੇ ਵਿੱਚ ਪੰਜਾਬ ਦੇ ਜਿਹੜੇ ਵਿਧਾਇਕ ਨੇ ਜੇਤੂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉੱਥੇ ਪਹੁੰਚੇ ਸਨ ਜਿਹੜਾ ਪਿਛਲੇ 50 ਦਿਨਾਂ ਦਾ ਕਹਿ ਲਈਏ ਰਿਪੋਰਟ ਕਾਰਡ ਭਗਵੰਤ ਮਾਨ ਵੱਲੋਂ ਵੀ ਲਿੱਤਾ ਗਿਆ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਰਿਪੋਰਟ ਕਾਰਡ ਦੇ ਵਿੱਚ ਕਿਹੜੀਆਂ ਦਿੱਕਤਾਂ ਸਾਹਮਣੇ ਆਈਆਂ ਉਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਵੱਲੋਂ ਹੋਰ ਕੀ ਕੁਝ ਹੋਇਆ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਉਸ ਮੀਟਿੰਗ ਦੇ ਵਿੱਚ ਚੱਕਿਆ ਗਿਆ ਉਹਨਾਂ 'ਤੇ ਚਰਚਾ ਹੋਈ ਇਸ ਬਾਰੇ ਸਾਡਾ ਖੁੱਲ੍ਹ ਕੇ ਗੱਲ ਕਰਨ ਲਈ ਸਾਡਾ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਅਤੇ ਫਿਰੋਜ਼ਪੁਰ ਦੇ ਦਿਹਾਤੀ ਦੇ MLA ਦਈਆ ਸਾਹਿਬ ਸੁਦਈਆ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਹੋਰ ਆਪਾਂ ਵਿਧਾਇਕਾਂ ਨਾਲ ਗੱਲਬਾਤ ਕੀਤੀ ਹੈ ਬਹੁਤਿਆਂ ਨੇ ਦੱਸਿਆ ਕਿ ਕੰਸਟਰਕਟਿਵ ਮੀਟਿੰਗ ਸੀ ਬਟ ਆਪਾਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਕੀ ਐਸਾ ਸੀਗਾ ਅੱਜ ਮੀਟਿੰਗ ਦੇ ਵਿੱਚ ਖਾਸ ਜਿਸ ਕਰਕੇ ਭਗਵੰਤ ਮਾਨ ਸਾਹਿਬ ਨੇ ਵਿਧਾਇਕਾਂ ਨੂੰ ਵੀ ਬੁਲਾਇਆ ਵਿੱਚ ਮੰਤਰੀ ਸਾਹਿਬਾਨ ਵੀ ਮੌਜੂਦ ਸਨ ਦੇਖੋ ਅੱਜ ਦੀ ਜਿਹੜੀ ਮੀਟਿੰਗ ਸੀ ਇਹ ਕੋਈ ਇਹਨਾਂ ਜ਼ਿਆਦਾ ਨਹੀਂ ਸੀ ਬਸ ਇਹ ਸੀਗਾ ਕਿ 49 ਡੇਜ਼ ਅੱਜ ਸਰਕਾਰ ਨੂੰ ਹੋ ਗਏ ਨੇ ਜੀ ਔਰ ਕੱਲ੍ਹ ਪੰਜਾਬਾਂ ਜਿਹੜਾ ਦਿਨ ਹੈਗਾ ਤਾਂ ਜ਼ਾਹਿਰ ਜੀ ਗੱਲ ਹੈ ਵੀ ਲੱਗਦਾ ਕਿ ਮਾਨ ਸਾਹਿਬ ਜਿਹੜੇ ਹੈਗੇ ਮੀਡੀਆ ਨੂੰ ਵੀ ਐਡਰੈਸ ਕਰਨਗੇ ਹੋ ਸਕਦਾ ਲਾਈਵ ਹੋ ਕੇ ਵੀ ਐਡਰੈਸ ਕਰਨਗੇ ਅਤੇ 50 ਦਿਨ ਦਾ ਜਿਹੜਾ ਸਰਕਾਰ ਦਾ ਰਿਪੋਰਟ ਕਾਰਡ ਹੈ ਉਹ ਪੇਸ਼ ਕਰਨਗੇ ਜੀ ਔਰ ਅੱਜ ਜਿਹੜਾ ਸਾਨੂੰ ਸਾਰਿਆਂ ਨੂੰ ਸੱਦਿਆ ਗਿਆ ਸੀਗਾ ਅਤੇ ਉਹਦੇ 'ਚ ਮਾਨ ਸਾਹਿਬ ਨੇ ਸਿਰਫ ਸਾਡੇ ਜਿਹੜੇ ਸਾਡਾ ਐਕਸਪੀਰੀਅੰਸ ਸ਼ੇਅਰ ਕੀਤਾ ਸੀ ਵੀ 49 ਦਿਨ ਸਰਕਾਰ ਦੇ ਵਿੱਚ ਰਹਿ ਕੇ ਆਪਾਂ ਕੀ ਆਇਆ ਲੋਕ ਕਿਉਂਕਿ ਦੇਖੋ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਪ੍ਰੀਵੀਅਸ ਗਵਰਨਮੈਂਟ ਜਿੰਨੀਆਂ ਵੀ ਸੀਗੀਆਂ ਜੀ ਲੋਕਾਂ ਤੋਂ ਸੁਝਾਵ ਲੈਂਦੇ ਨਹੀਂ ਸੀ ਉਹ ਲੋਕਾਂ 'ਤੇ ਫੈਸਲੇ ਥੋਪਦੇ ਸੀ ਵੀ ਅਸੀਂ ਆ ਫੈਸਲਾ ਕਰਤਾ ਆਹ ਤੁਹਾਡੇ ਲਈ ਹੈ ਤੁਹਾਨੂੰ ਹੁਣ ਆਹ ਮੰਨਣਾ ਪੈਣਾ ਆਮ ਆਦਮੀ ਪਾਰਟੀ ਸਰਕਾਰ ਇਲੈਕਸ਼ਨ ਦੇ ਵਿੱਚ ਜਦੋਂ ਸੀ ਤਾਂ ਕੋਈ ਵੀ ਗਰੰਟੀ ਜਾਂ ਕੋਈ ਵੀ ਮੈਨੀਫੈਸਟੋ ਜਦੋਂ ਤਿਆਰ ਹੁੰਦੇ ਲੋਕਾਂ ਦੇ ਵਿੱਚ ਜਾਂਦੇ ਸੀ ਲੋਕਾਂ ਨੂੰ ਪੁੱਛਦੇ ਸੀ ਭਾਈ ਤੁਹਾਨੂੰ ਕੀ ਚਾਹੀਦਾ ਲੋਕਾਂ ਤੋਂ ਗੱਲ ਕਰਦੇ ਸੀ ਲੋਕਾਂ ਦੇ ਵਿੱਚ ਵਿਚਰਦੇ ਸੀ ਅਤੇ ਉਹ ਮੈਨੀਫੈਸਟੋਜ਼ ਵਗੈਰਾ ਤਿਆਰ ਕਰਕੇ ਅਸੀਂ ਲੋਕਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਆਏ ਹੁਣ ਬਜਟ ਬਣਨਾ ਹੁਣ ਇਹ ਜਿਹੜਾ ਬਜਟ ਆ ਰਿਹਾ ਇਹ ਮਾਨ ਸਾਹਿਬ ਵੱਲੋਂ ਹੈ ਵੀ ਇਹ ਲੋਕਾਂ ਦਾ ਬਜਟ ਹੈ ਬਜਟ ਦੇ ਉੱਤੇ ਪੰਜਾਬ ਦੀ ਸਾਰੀ ਇਕੋਨਮੀ ਟਿਕੀ ਔਰ ਬਜਟ ਹੀ ਸਾਰਾ ਪੰਜਾਬ ਦਾ ਸਾਰਾ ਢਾਂਚੇ ਨੂੰ
ਮੇਨਟੇਨ ਕਰੇ, ਅੱਗੇ ਦੇਖੇਗਾ ਵੀ ਕਿਵੇਂ ਚਲਾਉਣਾ ਆਪਾਂ ਪੰਜਾਬ ਨੂੰ ਜੀ। ਬਜਟ ਦੇ ਵਿੱਚ ਅਸੀਂ ਲੋਕਾਂ ਕੋਲ ਜਾ ਰਹੇ ਹਾਂ, ਲੋਕਾਂ ਕੋਲ ਜਾਵਾਂਗੇ ਔਰ ਲੋਕਾਂ ਤੋਂ ਪੁੱਛਾਂਗੇ ਵੀ ਤੁਹਾਨੂੰ ਕਿੱਦਾਂ ਦਾ ਬਜਟ ਚਾਹੀਦਾ, ਕਿਹੜੀ ਸਲੈਬ ਚਾਹੀਦੀ ਹੈ, ਕਿਹੜੀ ਸਲੈਬ ਜਿਹੜੀ ਹੈਗੀ ਘਟਾਉਣੀ ਹੈ, ਕਿਹੜੀ ਸਲੈਬ ਵਧਾਉਣੀ ਹੈ, ਫੰਡਸ ਨੂੰ ਕਿਵੇਂ ਜਨਰੇਟ ਕਰਨਾ, ਆਪਾਂ ਕਿਹੜੇ ਕਿਹੜੇ ਸੋਰਸਿਸ ਹੋ ਸਕਦੇ ਨੇ, ਆਪਾਂ ਰੈਵਨਿਊ ਕਿਵੇਂ ਵਧਾ ਸਕਦੇ ਹਾਂ, ਸਰਕਾਰ ਦੇ ਵਿੱਚ ਕਮਾਈ ਦਾ ਸਾਧਨ ਨੂੰ ਕਿਵੇਂ ਵਧਾ ਸਕਦੇ ਹਾਂ, ਅਸੀਂ ਲੋਕਾਂ ਕੋਲ ਜਾਵਾਂਗੇ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਯਾਰ ਪਹਿਲੀ ਵਾਰੀ ਸਾਡੀ ਸਰਕਾਰ ਹੈ, ਨੋ ਡਾਊਟ ਕੰਸਟੀਟਿਊਸ਼ਨਸ ਦੇ ਵਿੱਚ ਲਿਖਿਆ ਹੋਇਆ ਕਿ ਲੋਕਾਂ ਦੀ ਸਰਕਾਰ, ਠੀਕ ਹੈ ਨਾ, ਲੋਕਾਂ ਦੀ ਸਰਕਾਰ, ਲੇਕਿਨ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਅਸੀਂ ਜਿਹੜੀ ਪਹਿਲੀ ਵਾਰੀ ਜੋ ਸਰਕਾਰ ਚੁਣੀ ਹੈ ਵਧੀਆ ਚੁਣੀ, ਕਿਉਂਕਿ ਲੋਕ ਇਸ ਤੋਂ ਪਹਿਲਾਂ ਸਿਰਫ ਓਨਲੀ ਐਂਡ ਓਨਲੀ ਉਹਨਾਂ ਦੀ ਜਿਹੜੀ ਲਿਮਿਟੇਸ਼ਨ ਸੀ ਰਾਈਟ ਟੂ ਵੋਟ ਤੱਕ ਸੀ ਵੀ ਸਿਰਫ ਵੋਟ ਪਾਤੀ ਉਸ ਤੋਂ ਬਾਅਦ ਕਿਸੇ ਨੇ ਬਣਨਾ, ਲੇਕਿਨ ਇਹ ਸਰਕਾਰ ਲੋਕਾਂ ਦੇ ਵਿੱਚ ਜਾ ਰਹੀ ਹੈ। ਔਰ ਦੂਜੀ ਗੱਲ ਹੈਗੀ ਕਿ ਲੋਕ ਹੁਣ ਆਉਂਦੇ ਨੇ ਜੀ ਆਪਦੇ ਪਿਛਲੀ ਜ਼ਿੰਦਗੀ ਦੇ ਪਿਛਲੀ ਸਰਕਾਰਾਂ ਦੇ ਤਜਰਬੇ ਸ਼ੇਅਰ ਕਰਦੇ ਨੇ, ਸਾਨੂੰ ਦੱਸਦੇ ਨੇ ਵੀ ਮਗਰਲੀਆਂ ਸਰਕਾਰਾਂ ਨੇ ਆਹ ਗਲਤੀਆਂ ਕੀਤੀਆਂ, ਆਪਾਂ ਐਂ ਕਰਾਂਗੇ, ਆਹ ਕਾਨੂੰਨ ਉਹਨਾਂ ਨੇ ਲਾਗੂ ਕੀਤੇ, ਇਹ ਨਹੀਂ ਹੋਣੇ ਚਾਹੀਦੇ ਸੀ, ਆਪਾਂ ਐਂ ਕਰਾਂਗੇ। ਅਤੇ ਉਹ ਜਿਹੜੇ ਸਾਡੇ ਕੋਲ ਤਜਰਬੇ, ਜਿਹੜੇ ਸਾਡੇ ਕੋਲ ਉਹਨਾਂ ਦੇ ਐਕਸਪੀਰੀਅੰਸ ਆਏ ਨੇ, ਅਸੀਂ ਅੱਜ ਮਾਨ ਸਾਹਿਬ ਦੇ ਅੱਗੇ ਰੱਖੇ ਨੇ, ਮਾਨ ਸਾਹਿਬ ਨੇ ਬਕਾਇਦਾ ਖੁਦ ਆਪਦੇ ਪੈਨ ਨਾਲ ਆਪਦੀ ਡਾਇਰੀ ਦੇ ਵਿੱਚ ਨੋਟ ਕੀਤੇ ਨੇ, ਔਰ ਜਦੋਂ ਮੀਟਿੰਗ ਸਾਰਿਆਂ ਨੂੰ ਸੁਣਨ ਤੋਂ ਬਾਅਦ ਜਦੋਂ ਉਹਨਾਂ ਅਡਰੈਸ ਕੀਤੇ ਤਾਂ ਉਹਨਾਂ ਨੇ ਉਹ ਪੁਆਇੰਟਸ ਦੁਆਰਾ ਰਿਪੀਟ ਕੀਤੇ ਨੇ ਵੀ ਹਾਂ ਇਹ ਚੀਜ਼ ਆਈ, ਇਹ ਚੀਜ਼ ਆਈ, ਇਹ ਚੀਜ਼, ਅਸੀਂ ਇਹਨਾਂ 'ਤੇ ਕੰਮ ਕਰਾਂਗੇ। ਸੋ ਜਿਹੜੀ ਸਰਕਾਰ ਹੈ ਉਹ ਲੋਕਾਂ ਨੂੰ ਪੁੱਛ ਕੇ ਲੋਕਾਂ ਰਾਹੀਂ ਚੱਲ ਰਹੀ ਹੈ। ਤੁਹਾਡੇ ਹਲਕੇ ਦੀ ਕਿਹੜੀ ਐਸੀ ਪ੍ਰੋਬਲਮ ਸੀ ਜਾਂ ਕੀ ਐਸਾ ਐਕਸਪੀਰੀਅੰਸ ਰਿਹਾ ਜਿਹਨੂੰ ਤੁਸੀਂ ਭਗਵੰਤ ਮਾਨ ਸਾਹਿਬ ਦੇ ਨਾਲ ਸ਼ੇਅਰ ਕੀਤਾ, ਜੇ ਖਾਸ ਕਰਕੇ ਕਹੀ ਕਿ ਉਹਨਾਂ ਨੇ ਡਾਇਰੀ 'ਚ ਨੋਟ ਕੀਤਾ ਤੁਹਾਡੇ ਹਲਕੇ ਨੂੰ? ਦੇਖੋ, ਮੇਰੀ ਜਿਹੜੀ ਬੈਲਟ ਹੈ ਨਾ ਜੀ, ਉਹ ਹੈਗੀ ਬਾਰਡਰ ਬੈਲਟ ਜੀ, ਔਰ ਮੇਰੇ ਇੰਟਰਨੈਸ਼ਨਲ ਇੰਡੋ ਪਾਕ ਬਾਰਡਰ ਲੱਗਦਾ ਸਿਰਫ 10 ਕਿਲੋਮੀਟਰ 'ਤੇ। ਬਿਲਕੁਲ। ਔਰ ਉਹ ਜਿਹੜੀ ਬਾਰਡਰ ਬੈਲਟ ਦੇ ਉੱਤੇ ਨਾ ਜਿਹੜੀ ਜ਼ਮੀਨ ਹੈਗੀ ਹੈ ਉਹ ਹੈਗੀ ਸੈਂਟਰਲ ਗੌਰਮੈਂਟ ਦੀ ਜੀ, ਔਰ ਕੁਛ ਤਾਰ ਤੋਂ ਪਾਰ ਹੈ, ਕੁਛ ਤਾਰ ਤੋਂ ਇੱਧਰ ਹੈ, ਔਰ ਉਹਦੇ 'ਚ ਕੀ ਹੈ ਕਿ ਰਾਊਂਡ ਅਬਾਊਟ ਕੋਈ 15,000 ਏਕੜ ਜਿਹੜੀ ਹੈਗੀ ਮੇਰੀ ਫਿਰੋਜ਼ਪੁਰ ਹਲ ਸਾਡੇ ਕਹਿ ਲਈਏ ਜਿਹੜੀ ਬਾਰਡਰ ਪੱਟੀ ਜਿਹਦੇ 'ਚ ਗੁਰੂ ਹਰ ਸਾਹਿਬ ਵੀ ਆ ਜਾਂਦਾ, ਫਾਜ਼ਿਲਕਾ ਵੀ ਆ ਜਾਂਦਾ, ਔਰ ਰਾਊਂਡ ਅਬਾਊਟ ਆਪਾਂ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 75,000 ਏਕੜ ਜ਼ਮੀਨ ਉਹ ਬਣਦੀ ਹੈ। ਤਰਨ ਤਾਰਨ ਆ ਗਿਆ, ਅੰਮ੍ਰਿਤਸਰ ਆ ਗਿਆ, ਗੁਰਦਾਸਪੁਰ ਆ ਗਿਆ ਇੱਧਰਲੇ ਪਾਸੇ, ਔਰ ਮੈਂ ਮਾਨ ਸਾਹਿਬ ਅੱਗੇ ਇਹੀ ਗੱਲ ਕੀਤੀ ਵੀ ਸਰ ਵੀ ਅਸੀਂ ਜਿਹੜੀ ਉਹ ਜ਼ਮੀਨ 1,000 ਏਕੜ ਜਿਹੜੀ ਪਈ ਹੈ ਵੀ ਕਿਉਂ ਨਾ ਹੋਵੇ ਅਸੀਂ ਇੱਕ ਇੱਦਾਂ ਦਾ ਕਾਨੂੰਨ ਬਣਾ ਲਈਏ ਜਾਂ ਇੱਦਾਂ ਦਾ ਕੋਈ ਜ਼ਰੀਆ ਬਣਾ ਦਈਏ ਕਿ ਉਹ ਜਿਹੜੇ ਬੇਜ਼ਮੀਨੇ ਨੇ ਜਿਹਨਾਂ ਕੋਲ ਜ਼ਮੀਨ ਨਹੀਂ ਹੈ ਲੇਕਿਨ ਉਹ ਖੇਤੀ ਕਰਨ ਜਾਂਦੇ ਨੇ, ਅਸੀਂ ਕੋਈ ਇੱਦਾਂ ਦਾ ਸਿਸਟਮ ਬਣਾਇਆ ਕਿ ਉਹ ਜ਼ਮੀਨਾਂ ਜਿਹੜੀ ਹੈਗੀ ਆਪਾਂ ਉਹਨਾਂ ਨੂੰ ਅਲਾਟ ਕਰੀਏ, ਭਾਵੇਂ ਉਹਨਾਂ ਨੂੰ ਲੀਜ਼ 'ਤੇ ਦਈਏ, ਜੇ ਅਸੀਂ ਲੀਜ਼ 'ਤੇ ਦਿੰਦੇ ਹਾਂ ਸਰਕਾਰ ਕੋਲ ਰੈਵਨਿਊ ਆਊਗਾ। ਹੁਣ ਜਿਹੜੀ ਸ਼ਾਮ ਲਾਟ ਜ਼ਮੀਨ ਨੇ, ਪੰਚਾਇਤੀ ਜ਼ਮੀਨਾਂ ਨੇ, ਉਹ ਅਸੀਂ ਜਿਹੜੀ ਲੀਜ਼ 'ਤੇ ਦਿੰਦੇ ਹਾਂ ਤਾਂ ਸਰਕਾਰ ਕੋਲ ਪੈਸਾ ਆਉਂਦਾ। ਜੇ ਹੁਣ ਉਹ 1,000 ਏਕੜ ਜਿਹੜੀ ਜ਼ਮੀਨ ਪੜੀ, ਬੇਸ਼ੱਕ ਉਹ ਸੈਂਟਰਲ ਗੌਰਮੈਂਟ ਦੀ ਹੈ, ਜੇ ਅਸੀਂ ਕੋਈ ਇੱਦਾਂ ਦਾ ਕੋਈ ਸਿਸਟਮ ਬਣਾ ਲਈਏ ਤਾਂ ਉਹਦੇ ਨਾਲ ਸਰਕਾਰ ਦੀ ਰੈਵਨਿਊ ਆਏਗਾ, ਸਰਕਾਰ ਦੇ ਕੋਲ ਜਿਹੜਾ ਹੈਗਾ ਫੰਡਸ ਬਹੁਤ ਜ਼ਿਆਦਾ ਹੋਣਗੇ, ਔਰ ਅਸੀਂ ਡਿਵੈਲਪਮੈਂਟ ਦੇ ਕੰਮ ਕਰਾਂਗੇ। ਮਾਨ ਸਾਹਿਬ ਨੇ ਇਹ ਗੱਲ ਕੀਤੀ ਵੀ ਅਸੀਂ ਜਿਹੜਾ ਹੈਗਾ ਬਹੁਤ ਜਲਦ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ ਨਾਲ ਮਿਲਣਗੇ, ਇਹ ਮੁੱਦਾ ਚੱਕਣਗੇ, ਔਰ ਸ਼ਾਇਦ ਹੋ ਸਕਦਾ ਕਿ ਪੰਜਾਬ ਸਰਕਾਰ ਉਹ ਜ਼ਮੀਨ ਖਰੀਦ ਲਏ। ਗੱਲ ਕੀਤੀ ਜਾ ਰਹੀ ਹੈ ਸਰਹੱਦੀ ਜ਼ਮੀਨ, ਤੁਸੀਂ ਆਪ ਵੀ ਦੱਸਿਆ ਕਿ ਸਰਹੱਦੀ ਇਲਾਕਾ ਤੁਹਾਡਾ, ਸਰਹੱਦੀ ਇਲਾਕਿਆਂ ਦੇ ਵਿੱਚ ਅਕਸਰ ਇੱਕ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਖਾਸ ਕਰਕੇ ਰੋਜ਼ਗਾਰ ਨੂੰ ਲੈ ਕੇ, ਜੇ ਮੈਂ ਗੱਲ ਕਰਾਂ, ਕਿਉਂਕਿ ਸਰਹੱਦੀ ਇਲਾਕੇ ਦੇ ਵਿੱਚ ਖਾਸ ਕਰਕੇ ਕਈ ਸਰਹੱਦੀ ਇਲਾਕਿਆਂ ਦਾ ਚੋਣਾਂ ਦੇ ਵੇਲੇ ਅਸੀਂ ਵੀ ਕਿਤੇ ਨਾ ਕਿਤੇ ਜਾ ਕੇ ਆਪਾਂ ਦੇਖਿਆ, ਉੱਥੇ ਜਾ ਕੇ ਲੋਕਾਂ ਨੂੰ ਰੋਜ਼ਗਾਰ ਦੀ ਪ੍ਰੋਬਲਮ ਦੀ, ਰੋਜ਼ਗਾਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਸੀ, ਖਾਸ ਕਰਕੇ ਉਹ ਕਹਿੰਦੇ ਸੀ ਕਿ ਸਾਡਾ ਜਿਹੜਾ ਵਪਾਰ ਹੈ ਉਹ ਜਿਹੜਾ ਸਰਹੱਦੀ ਸਮਾਨ ਅਧਰੁੱਧ ਹੁੰਦਾ ਸੀਗਾ, ਜਾਂ ਫਿਰ ਜੇ ਗੱਲ ਕੀਤੀ ਜਾਵੇ ਜਿਹੜਾ ਸਰਹੱਦੀ ਵਪਾਰ ਚੱਲਦਾ ਸੀਗਾ ਉਹਦੇ ਨਾਲ ਸਾਡਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਕੰਮ ਚੱਲਦਾ ਸੀਗਾ ਸਰਹੱਦ ਦੇ ਵਿੱਚ ਜਦੋਂ ਦਾ ਵਪਾਰ, ਕਿਉਂਕਿ ਸਾਰੇ ਜਾਣਦੇ ਹਾਂ ਕਿ ਬਾਰਡਰ ਦੇ ਉੱਤੇ ਡਿਸਟਰਬੈਂਸਿਸ ਕਾਫੀ ਰਹੀਆਂ ਨੇ, ਘੁਸਪੈਠ ਦੀ ਵੀ ਬਹੁਤ ਜ਼ਿਆਦਾ, ਪਿੱਛੇ ਵੀ ਹੁਣ ਕਾਫੀ ਜਿਹੜਾ ਹੈਂਡ ਗ੍ਰੇਨੇਡ ਲੱਭਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਸੀਗੀਆਂ, ਉਹਨਾਂ ਲੋਕਾਂ ਦੇ ਲਈ ਰੋਜ਼ਗਾਰ ਦੇ ਲਈ, ਕਿਉਂਕਿ ਰੋਜ਼ਗਾਰ ਅਸਲ ਉੱਥੇ ਹੀ ਨਹੀਂ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਬਟ ਫਿਰ ਵੀ ਸਰਹੱਦੀ ਇਲਾਕੇ ਦੇ ਵਿੱਚ ਰੋਜ਼ਗਾਰ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਜਿਹੜੇ ਹੈ ਕਦਮ ਚੁੱਕੇ ਜਾ ਰਹੇ ਨੇ? ਸਰ ਤੁਸੀਂ ਮੇਰੇ ਨਾ ਜਵਾਬ ਨੂੰ ਸਹੀ ਤਰੀਕੇ ਨਾਲ ਸੁਣਿਆ ਨਹੀਂ, ਸੋਰੀ ਜੀ। ਨਹੀਂ, ਉਹ ਮੈਂ ਸੁਣਿਆ ਜਿਹੜਾ ਤੁਸੀਂ ਠੇਕੇ ਦੇ ਲੈ ਕੇ ਤੁਸੀਂ ਗੱਲ ਕਹਿ ਰਹੇ ਹੋ ਉਹ ਮੈਂ ਕਹਿ ਰਿਹਾ, ਉਹ ਮੈਂ ਸਮਝ ਗਿਆ, ਪਰ ਜਿਹੜੇ ਪਰ ਜਿਹੜੇ ਲੋਕ ਹੁਣ, ਕਈ ਲੋਕ ਖੇਤੀ ਨਹੀਂ ਕਰ ਪਾ ਸਕਦੇ, ਕਈ ਲੋਕ ਖੇਤੀ ਖਿੱਤੇ ਨਾਲ ਨਹੀਂ ਜੁੜੇ ਹੋਏ, ਉਹਨਾਂ ਲੋਕਾਂ ਲਈ ਕੀ? ਦੇਖੋ ਇੱਦਾਂ ਹੈ ਕਿ ਕਿਉਂਕਿ ਬਦਕਿਸਮਤੀ ਹੈ ਕਿ ਬਾਰਡਰ ਬੈਲਟ ਹੋਣ ਕਰਕੇ ਇੱਥੇ ਵੱਡੀ ਇੰਡਸਟਰੀ ਨਹੀਂ ਆ ਸਕਦੀ, ਕਿਉਂਕਿ ਜਿਹੜਾ ਵੀ ਇੰਡਸਟਰੀਅਲਿਸਟ ਉੱਥੇ ਆਏਗਾ ਉਹਨੇ ਆਪਦਾ ਇਨਫਰਾਸਟ੍ਰਕਚਰ ਲਾਉਣਾ, 1,000 ਕਰੋੜਸ ਦੇ ਵਿੱਚ ਪ੍ਰੋਜੈਕਟ ਜਿਹੜਾ ਉਹਨਾਂ ਦਾ ਬਜਟ ਚਲਾ ਜਾਂਦਾ, ਔਰ ਉਹਨੇ ਸਿਕਿਉਰਿਟੀ ਉਹਨਾਂ ਪਰ ਸਾਰੀਆਂ ਚੀਜ਼ਾਂ ਦੇਖਣੀਆਂ ਨੇ, ਔਰ ਉਹਦੇ ਵਾਸਤੇ ਜਿਹੜਾ ਹੈਗਾ ਮੈਂ
मैं एक प्रोजेक्ट फाइल लेके आया शायद मैं कल या दोबारा मेरी जो मान साहब नाल मीटिंग होएगी तो मैं मान साहब अगर डिमांड रखांगा कि मेरे हल्के एक तो मैडिकल कॉलेज दिता जाए क्योंकि बॉर्डर पट्टी के उत्ते मैडिकल कॉलेज है नहीं बिल्कुल साढ़े फिरोजपुर के एक पी जी आई सैटेलाइट अनाउंस होया मोदी जी ने जो आना से मोदी जी वापस चले गए क्योंकि लोगों को जी उम्मीद है ना धुंधली नज़र आ रही उन्होंने नहीं लगता पाया कि शायद कित पी जी आई शुरू भी होगा और वैसे भी पी जी आई का जो सैटेलाइट है वह लिमिटेड सोर्सिज हो सकते हैं या कुछ लिमिटेड माड़ा मोटा इलाज वगैरह चलो जो भी है इन फ्यूचर की होएगा देखा पर जेकर एक मैडिकल कॉलेज आता है तो मैडिकल कॉलेज के नाल जो साढ़े एम बी बी एस के बच्चे ने जो स्टूडेंट वो वधनगे सीट्स अवेलेबल होनगियां जो तो सीट्स अवेलेबल होंगे इतने बच्चे पढ़ने वास्ते आवगे मैडिकल वास्ते तो उत्थे बकायदा स्टाफ होगा सारा कुछ होगा और मैक्सिमम थाउजेंड ऑफ ऑपरचुनिटीज जी है रोजगार दी निकलनगियां भावें कोई छोटा मोटा दुकानदार है कोई छोटा किता कोई भी है एक तो यह है एक सैकेंड है कि मेरे फिरोजपुर के कोई गवर्नमेंट कॉलेज नहीं है एक गवर्नमेंट कॉलेज है लेकिन वो एक उदा सेंटर है पी यू का पंजाब यूनिवर्सिटी का तो मैं दो मुख्य डिमांडा ने कि एक तो मैं बॉर्डर पट्टी के गवर्नमेंट क्योंकि एक साडा बैकवर्ड एरिया है तो गवर्नमेंट कॉलेज आए तो प्लस उत्थे मैडिकल कॉलेज आए वो कितने ना कि जनरेट्स होंगे तुम एक पास गल की अच्छ मीटिंग जोड़ा अहम सगा कि एक आह भी गल सामने आई कि लोगों की सरकार है लोगों का बजट है लोगों तो ही बजट पूछा जाऊगा तो लोगों तो ही बजट उन्होंने दिता जाऊगा लोगों का ही बजट लोगों को दिता जाऊगा पर कि ना कि ਤੁਹਾਡੇ ਜਿਹੜੇ ਵਿਰੋਧੀ ਨੇ ਫਿਰ ਭਾਵੇਂ ਪ੍ਰਤਾਪ ਬਾਜਵਾ ਹੋਣ ਜਾਂ ਫਿਰ ਰਾਜਾ ਵੜਿੰਗ ਹੋਣ ਜਾਂ ਫਿਰ ਹੋਰ ਵੀ ਜਿਹੜੇ ਕਾਂਗਰਸੀ ਆਗੂ ਨੇ ਉਹ ਬੀਤੇ ਦਿਨੀ ਗਵਰਨਰ ਸਾਹਿਬ ਨੂੰ ਮਿਲਦੇ ਨੇ ਉੱਥੇ ਪਹਿਲੇ ਤਾਂ ਚਲੋ ਆਪਾਂ ਵਫਦ ਦੀ ਵੀ ਗੱਲ ਕਰਾਂਗੇ ਪਰ ਉਸ ਤੋਂ ਬਾਅਦ ਜਦੋਂ ਬਾਹਰ ਆਉਂਦੇ ਨੇ ਗੱਲ ਕਰਦੇ ਨੇ ਪ੍ਰਤਾਪ ਬਾਜਵਾ ਸਾਹਿਬ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਇੰਨੀ ਇਨਕੰਪੀਟੈਂਟ ਹੋ ਗਈ ਹੈ ਕਿ ਹੁਣ ਲੋਕਾਂ ਤੋਂ ਪੁੱਛਣਾ ਪੈ ਰਿਹਾ ਕਿ ਬਜਟ ਕੀ ਬਣਾਈਏ ਸ਼ੁਕਰ ਹੈ ਇਹਨਾਂ ਨੇ ਲਾਅ ਐਂਡ ਆਰਡਰ ਦਾ ਨਹੀਂ ਪੁੱਛੇ ਕਿ ਕਾਨੂੰਨ ਕੀ ਬਣਾਈਏ मैं सिर्फ बाजवा साहब बड़े सीनियर लीडर ने मैं दिलो रिस्पैक्ट करता बस मैं एक गल जरूर कहूँगा उन्होंने बारे कि कैपेबल कौन और इनकैपेबल कौन है ये हुण रिसेंटली इलेक्शन से पता चल चुका है जेडे कैपेबल सी दे आर इन द गवर्नमेंट एंड जेडे इनकैपेबल सी दे आर आउट ऑफ द गवर्नमेंट दिल्ली च तीन सरकार बनी आम आदमी पार्टी की तिनी बारी जिहड़ा भी काम किया लोगों को पुछ के किया जे पुछते रहे उन्होंने लोगों को उन्होंने डिमांड्स उन्होंने रिक्वायरमेंट के मुताबक उन्होंने सुविधावान मिलती नहीं है तो लगातार इन्हें रो थर्ड टाइम अरविंद जी सीएम ने तीजी वाली सरकार है और जिस तरीके के लोगों को सुख सुविधा मिल रही है लोग दिल्ली के कहते हैं भी ये इत्थे हुण 20-25 साल नहीं जाते असी उही पैटर्न नू लै के लोगों के जा रहे लोगों को पूछ रहे जे तो देखो इस तो पहला की हुंदा सी सिर्फ लोगों को पता लगता सी यार असी सिर्फ वोटर हैगे आ साढ़े तो वोट लई जाती है और लोग सरकार बना के सरकार चलाउंदे ने पर कदे भी लोगों को पार्ट ऑफ गवर्नमेंट नहीं समझिया गया जे असी लोगों के जा रहे हैं लोगों को बजट के उत्ते उन्होंने सुझाव लवेंगे होर चीज़ों पर सुझाव लाँगे तो लोगों को यह महसूस होएगा भी दे आर द पार्ट ऑफ गवर्नमेंट और वो सरकार जो उन्होंने बनाई है तो सरकार को सुझाव देना उन्होंने जड़ा उन्होंने सोच है उन्होंने असी सपोर्ट कर लेंगे रंजीत साहब तुम आप भी एक वकील हो जो मैं हूँ वफद की गल करते हैं क्योंकि राजा वड़िंग खाना वालों एक वफद जोड़ा गवर्नर साहब ने दिता गया राज्यपाल साहब ने दिता गया उन्होंने कहना है कि जो एम ओ यू पंजाब सरकार है दिल्ली सरकार के साइन होया एम ओ यू कि ना कि गैर संविधानिक है हालांकि उन्होंने वालों इस दे आर्टिकल्स तक उस अपने बयान दे विच मैंशन किए गए उन्होंने कहना कि आर्टिकल्स का कहना है कि जब तक गवर्नर साहब इजाजत ना देन या फिर गवर्नर जोड़े ने जोड़ा है उन्होंने उत्ते एम ओ यू साइन आउट नहीं हो सकते या फिर गवर्नर गवर्नर जगह जो चीफ प्रिंसिपल सैकटरी होंगे ने दो प्रिंसिपल सैकटरी जोड़े ने स्टेट के वो कुछ एम ओ यू साइन कर सकते बट वो भी गवर्नर की मंजूरी देना मैं ना मैं ना कई बार ना जो विरोधी ने मैं लगता भी शायद उन्होंने ना कुछ दिन आराम करके ठंडे पहाड़ों के जा कहते रिलैक्स होना चाहिए सर एम ओ यू की चीज़ है अंडरटेकिंग है अंडरटेकिंग है शेयर ऑफ नॉलेज जदों औथ होंदी है सीएम साहब की औथ लेंदे ने कि मैं पंजाब ते पंजाब दे लोकां दे भले लई जी जे किसी दे भले लई जे आपदा तजर्बा शेयर हो रहा है वेयर इज इलीगल अनकॉन्स्टिट्यूशनल दसो की हो गया वो तो इस गल भी कहते ना ओथ रेच भी कहें कि मैं अपनी स्टेट की सीक्रेसी रखूँगा वो कह रहे हैं कि आपकी सी स्टेट की सीक्रेसी लीक होंगी है सर मैं की क्या भले लई
ਇਹ ਥੋੜ੍ਹੀ ਨਾ ਕਿ ਸੀਕ੍ਰੇਸੀ ਥੋੜ੍ਹੀ ਨਾ ਸ਼ੇਅਰ ਹੋ ਰਹੀ ਹੈ, ਸ਼ੇਅਰ ਆਫ ਨੌਲੇਜ ਹੈ ਸਰ ਜੀ। ਜੇ ਮੰਨ ਕੇ ਚੱਲੋ ਕਿਸੇ ਨੇ ਕੋਈ ਅੱਛਾ ਕੰਮ ਕੀਤਾ, ਮੈਂ ਕਹਿੰਦਾ ਕਿ ਕਿਸੇ ਨੇ ਇੱਕ ਵਧੀਆ ਕੋਈ ਸਜਾਵਟ ਕੀਤੀ ਹੈ, ਆਪਾਂ ਨੂੰ ਬਹੁਤ ਸੋਹਣਾ ਲੱਗਿਆ। ਜੇ ਆਪਾਂ ਉਹਦੇ ਕੋਲ ਪੁੱਛਦੇ ਹਾਂ ਯਾਰ ਤੂੰ ਬਹੁਤ ਸੋਹਣਾ ਲੱਗ ਰਿਹਾ, ਹਜ਼ਾਰ ਲੋਕ ਇਹਨੂੰ ਪਸੰਦ ਕਰਦੇ ਨੇ, ਪ੍ਰੇਜ਼ ਕਰਦੇ, ਇਹ ਕਿਵੇਂ ਕੀਤਾ? ਅਤੇ ਜੇ ਉਹਨੇ ਆਪਦਾ ਸ਼ੇਅਰ ਸਾਨੂੰ ਦੱਸਤਾ ਵੀ ਯਾਰ ਮੈਂ ਐਂ ਕੀਤਾ ਨੇ, ਅਤੇ ਜੇ ਆਪਾਂ ਵੀ ਉਹ ਕਰਕੇ ਜੇ ਹਜ਼ਾਰ ਲੋਕਾਂ ਨੂੰ ਪਸੰਦ ਆ ਜਾਏ ਤਾਂ ਕੀ ਮਾੜਾ? ਦੱਸੋ ਹੁਣ ਉਹਨੇ ਇਹ ਤਾਂ ਨਹੀਂ ਦੱਸਿਆ ਕਿ ਭਾਈ ਮੈਂ ਆਹ ਚੀਜ਼ ਉੱਥੋਂ ਚੱਕ ਕੇ ਲਿਆਇਆ, ਆਹ ਮੇਰੇ ਸੋਰਸਿਸ ਜੀ ਇੱਥੋਂ ਮੈਂ ਲੈ ਕੇ ਆਇਆ। ਪੰਜਾਬ ਦੀ ਸੋਵਰੈਨਿਟੀ ਜਿਹੜੀ ਹੈਗੀ ਹੈ ਪ੍ਰਾਈਮ ਹੈ, ਪੰਜਾਬ ਦੇ ਇੰਟਰਨਲ ਮੈਟਰ ਪ੍ਰਾਈਮ ਹੈ, ਪੰਜਾਬੀਅਤ ਪ੍ਰਾਈਮ ਹੈ, ਪੰਜਾਬੀ ਵਿਰਸਾ ਪ੍ਰਾਈਮ ਹੈ, ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਨੇ, ਸਿਰਫ ਔਰ ਸਿਰਫ ਸ਼ੇਅਰ ਆਫ ਨੌਲੇਜ ਹੈ। ਸ਼ੇਅਰ ਆਫ ਨੌਲੇਜ ਦੇ ਉੱਤੇ ਵੀ ਇੱਕ ਕਮੈਂਟ ਇਹ ਵੀ ਆਉਂਦਾ, ਕਹਿੰਦੇ ਕਿ ਮੈਡੀਕਲ ਸਹੂਲਤਾਂ ਪੰਜਾਬ 'ਚ ਸ਼ਾਇਦ ਦਿੱਲੀ ਨਾਲੋਂ ਜ਼ਿਆਦਾ ਅੱਛੀਆਂ ਨੇ, ਪੜ੍ਹਾਈ ਦੀਆਂ ਸਹੂਲਤਾਂ ਪੰਜਾਬ 'ਚ ਸ਼ਾਇਦ ਦਿੱਲੀ ਨਾਲੋਂ ਜ਼ਿਆਦਾ ਵਧੀਆ ਨੇ, ਖੇਤੀ ਦਾ ਜਿਹੜਾ ਪ੍ਰਧਾਨ ਸੂਬਾ ਹੈ ਪੰਜਾਬ, ਫਿਰ ਪੰਜਾਬ ਨੌਲੇਜ ਸ਼ੇਅਰ ਕਰ ਰਿਹਾ ਆਪਣੀ ਕਿ ਦਿੱਲੀ ਤੋਂ ਕੀ ਨੌਲੇਜ ਲੈ ਰਿਹਾ ਪੰਜਾਬ? ਪੰਜਾਬ ਦੇ ਹਸਪਤਾਲਾਂ ਦੇ ਵਿੱਚ ਇਸ ਗੌਰਮੈਂਟ ਤੋਂ ਪਹਿਲਾਂ, ਯਾਨੀ ਕਿ ਜੇ ਮੈਂ ਗੱਲ ਕਰਾਂ ਪ੍ਰੀਵੀਅਸ ਗੌਰਮੈਂਟਸ ਦੇ ਵਿੱਚ, ਪੰਜਾਬ ਦੇ ਹਸਪਤਾਲਾਂ 'ਚ ਉਹਨਾਂ ਰਸ਼ ਨਹੀਂ ਹੁੰਦਾ ਸੀ ਜਿੰਨਾ ਦਿੱਲੀ ਦੇ ਮੁਹੱਲਾ ਕਲੀਨਿਕ ਦੇ ਵਿੱਚ ਰਸ਼ ਹੁੰਦਾ ਸੀ। ਮੁਹੱਲਾ ਕਲੀਨਿਕ ਦਾ ਆਈਡੀਆ ਇਹਨਾਂ ਨੇ 40-45 ਸਾਲ ਕਾਂਗਰਸ ਰਾਜ ਕਰ ਗਈ ਹੈ, ਅਕਾਲੀ ਦਲ ਰਾਜ ਕਰ ਗਿਆ, ਬੀਜੇਪੀ ਵੀ ਉੱਪਰ ਬੈਠੀ ਹੈ, ਅੱਜ ਤੱਕ ਇਹਨਾਂ ਦੇ ਦਿਮਾਗ 'ਚ ਕਿਉਂ ਨਹੀਂ ਆਇਆ? ਸਕੂਲ, ਸਰਕਾਰੀ ਸਕੂਲਾਂ ਦੇ ਬੱਚੇ ਜਿਹੜਾ ਸਿਸਟਮ ਹੈ ਉਹ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਿਹਾ, ਲੋਕ ਪ੍ਰਾਈਵੇਟ ਸਕੂਲਾਂ ਤੋਂ ਕੱਢ ਕੇ ਬੱਚਿਆਂ ਨੂੰ ਆ ਸਰਕਾਰੀ ਸਕੂਲਾਂ ਦੇ ਵਿੱਚ ਪਾ ਰਹੇ ਨੇ। ਇਹ ਪਹਿਲਾਂ ਇਹ ਆਈਡੀਆਜ਼ ਇਹਨਾਂ ਕੋਲ ਕਿਉਂ ਨੇ? ਇਹ ਫੋੜਨ ਜਾਂਦੇ ਸੀਗੇ ਐਸ਼ ਪ੍ਰਸਤੀ ਕਰਨ ਵਾਸਤੇ, ਸਰਕਾਰ ਦਾ ਪੈਸਾ, ਲੋਕਾਂ ਦਾ ਪੈਸਾ ਐਸ਼ ਪ੍ਰਸਤੀ 'ਚ ਜਿਹੜਾ ਸੀ ਇਹ ਖਰਚ ਕਰਦੇ ਸੀ। ਦਿੱਲੀ ਗੌਰਮੈਂਟ ਨੇ, ਅਰਵਿੰਦ ਕੇਜਰੀਵਾਲ ਜੀ ਨੇ ਟੀਚਰਸ ਨੂੰ ਬਾਹਰ ਭੇਜਿਆ ਕਿ ਅੱਛੀਆਂ ਚੀਜ਼ਾਂ ਦੇਖੋ, ਸਿੱਖੋ, ਔਰ ਉਹ ਸਿੱਖਣ ਤੋਂ ਬਾਅਦ, ਅਡੋਪਟ ਕਰਨ ਤੋਂ ਬਾਅਦ ਉਹ ਅਸੀਂ ਦਿੱਲੀ 'ਚ ਲਾ ਕੇ ਰਿਪੋਰਟ ਦਿਓ ਉਹਨਾਂ ਦੀ। ਨਹੀਂ ਨਹੀਂ ਦਿੱਲੀ 'ਚ ਲਾਗੂ ਵੀ ਕੀਤਾ ਨਾ। ਅੱਜ ਦਿੱਲੀ ਦੇ ਸਕੂਲ, ਸਰਕਾਰੀ ਸਕੂਲਾਂ ਦਾ ਜੇ ਸਟੈਂਡਰਡ ਅਪ ਹੋਇਆ, ਜੇ ਅਪਗ੍ਰੇਡੇਸ਼ਨਸ ਹੋਈ ਹੈ ਸਿਸਟਮ ਦੇ ਵਿੱਚ, ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ, ਅਤੇ ਜੇ ਉਹ ਚੀਜ਼ ਅਸੀਂ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਹਾਂ ਤਾਂ ਇਹਨਾਂ ਨੂੰ ਦਰਦ ਕੀ ਹੈ? ਇਹਨਾਂ ਨੇ, ਮੈਂ, ਮੇਰੀ ਗੱਲ ਸੁਣ ਜੀ, ਇਹਨਾਂ ਨੂੰ ਦਰਦ ਇਸ ਗੱਲ ਦਾ ਹੋ ਰਿਹਾ ਵੀ ਇਹ ਗਰੀਬ, ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੀਕਰ ਸੈਕਸ਼ਨ ਜੀ, ਲੋਅਰ ਮਿਡਲ ਕਲਾਸ, ਐਸਸੀ ਭਾਈਚਾਰਾ ਜਾਂ ਮਿਡਲ ਕਲਾਸ ਬੱਚੇ ਪੜ੍ਹਦੇ ਨੇ। ਇਹਨਾਂ ਨੂੰ ਇਹ ਰਾਸ ਨਹੀਂ ਆ ਰਿਹਾ ਕਿ ਇਹ ਬੱਚੇ ਪੜ੍ਹ ਲਿਖ ਕੇ ਦੇਸ਼ ਦਾ ਭਵਿੱਖ ਬਣਾਉਣ, ਇਹ ਇਹਨਾਂ ਨੂੰ ਰਾਸ ਨਹੀਂ ਆ ਰਿਹਾ ਕਿ ਅੱਗੇ ਵਧਣ, ਕਿਉਂਕਿ ਇਹਨਾਂ ਨੂੰ ਇਹੀ ਚਾਹੀਦਾ ਕਿ ਇਹ ਉਸੇ ਹੱਦ ਤੱਕ ਰਹਿਣ ਜਿਸ ਹੱਦ ਤੱਕ ਇਹ ਨਿਕਲ ਕੇ ਆਏ ਨੇ। ਇਹਨਾਂ ਨੇ ਤਾਂ ਕੀ ਕੀਤਾ ਸੀ, 10ਵੀਂ ਤੱਕ ਬੱਚਾ ਹੀ ਨਹੀਂ ਫੇਲ ਕਰਨਾ, ਮਤਲਬ ਕੀ ਸੀਗਾ? ਸਕੂਲ ਉਹ ਆਵੇ ਨਾ ਆਵੇ, ਉਹਨੂੰ ਕੁਛ ਆਉਂਦਾ ਨਹੀਂ ਆਉਂਦਾ ਹੀ ਉਹਨੂੰ ਮੈਟ੍ਰਿਕ ਦਾ ਸਰਟੀਫਿਕੇਟ ਦੇ ਕੇ ਲਿਟਰੇਸੀ ਜਿਹੜਾ ਰੇਟ ਹੈ ਉਹ ਦਿਖਾਉਣਾ ਵੀ ਪੰਜਾਬ ਦੇ ਵਿੱਚ ਇੰਨੇ ਲੋਕ ਪੜ੍ਹੇ ਲਿਖੇ। ਉਹਦੇ ਨਾਲੋਂ ਸਿਰਫ ਉਹ ਇੱਕ ਬੱਚੇ ਦੀ, ਇੱਕ ਪਰਿਵਾਰ ਦੀ, ਮੈਂ ਬੱਚਾ ਨਹੀਂ ਕਹੂੰਗਾ, ਇੱਕ ਪਰਿਵਾਰ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਨਾਲੋਂ ਤਾਂ ਕਿਸੇ ਦੀ ਨੌਲੇਜ ਸ਼ੇਅਰ ਕਰਕੇ ਉਹਦੀ ਜ਼ਿੰਦਗੀ ਬਣਾਉਣਾ ਮੱਚ ਬੈਟਰ। ਪਰ ਉਹਦੇ ਵਿੱਚ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਜਿਹੜੀ ਪੰਜਾਬ ਦੀ ਬਿਊਰੋਕ੍ਰੇਸੀ ਜਦੋਂ ਦਿੱਲੀ ਬੁਲਾਈ ਗਈ ਸੀ, ਅਰਵਿੰਦ ਕੇਜਰੀਵਾਲ ਪੰਜਾਬ ਦੀ ਬਿਊਰੋਕ੍ਰੇਸੀ, ਪੰਜਾਬ ਦੇ ਅਫਸਰਾਂ ਨੂੰ ਦਿੱਲੀ ਬੁਲਾਉਂਦੇ ਨੇ, ਵਿੱਚ ਕੋਈ ਮੰਤਰੀ ਨਹੀਂ ਹੁੰਦਾ, ਪੰਜਾਬ ਦੇ ਮੁੱਖ ਮੰਤਰੀ ਉੱਥੇ ਨਹੀਂ ਮੌਜੂਦ ਸਨ, ਉਸ ਉੱਤੇ ਵੀ ਸਵਾਲ ਚੱਕੇ ਗਏ, ਫਿਰ ਕੀ ਉਹ ਸੀਕ੍ਰੇਸੀ ਲੀਕੇਜ ਨਹੀਂ ਹੈ? ਉਹ ਉਹਨਾਂ ਦਾ ਕਹਿਣਾ ਕਿ ਉਹ ਸੀਕ੍ਰੇਸੀ ਲੀਕੇਜ ਸੀਗੀ, ਕਿਉਂਕਿ ਪੰਜਾਬ ਦਾ ਜਿਹੜੀ ਬਿਊਰੋਕ੍ਰੇਸੀ ਹੈ, ਪੰਜਾਬ ਦਾ ਮੰਤਰੀ ਨਾ ਉੱਥੇ ਹੋਵੇ, ਪਰ ਪੰਜਾਬ ਦੀ ਬਿਊਰੋਕ੍ਰੇਸੀ ਦੇ ਨਾਲ ਪੂਰੇ ਤਰੀਕੇ ਦੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਹਾਲਾਂਕਿ ਉਹ ਤਾਂ ਸਿੱਧੇ ਤੌਰ 'ਤੇ ਇਹ ਵੀ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਇਸ ਵੇਲੇ ਜਦੋਂ ਤੋਂ ਪੰਜਾਬ 'ਚ ਸਰਕਾਰ ਆਈ ਹੈ ਤਾਂ ਪੰਜਾਬ ਦਾ ਹੋਮ ਡਿਪਾਰਟਮੈਂਟ, ਕਿਉਂਕਿ ਉਹ ਕਹਿ ਰਹੇ ਨੇ ਉੱਥੇ ਉਹਨਾਂ ਕੋਲ ਪੁਲਿਸ ਡਿਪਾਰਟਮੈਂਟ ਨਹੀਂ, ਉੱਥੇ ਐਜ਼ ਅ ਮੇਅਰ ਕੰਮ ਕਰ ਰਹੇ, ਤਾਂ ਹੁਣ ਪੰਜਾਬ ਦੀ ਗਵਰਨਮੈਂਟ ਨੂੰ ਆਪਣੇ ਸਾਹਮਣੇ ਚਲਾ ਰਹੇ ਨੇ? ਸਰ, ਪੰਜਾਬ ਦੀ ਗਵਰਨਮੈਂਟ ਪੰਜਾਬ ਸਰਕਾਰ ਚਲਾ ਰਹੀ ਹੈ, ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਚਲਾ ਰਹੇ ਨੇ, ਪੰਜਾਬ ਦੀ ਕੈਬਨਿਟ ਚਲਾ ਰਹੀ ਹੈ, ਔਰ ਪੰਜਾਬ ਦੀ ਕੈਬਨਿਟ ਨੂੰ ਜੋ ਹੈਗਾ ਫੁੱਲੀ ਕੋਆਪਰੇਟ ਪੰਜਾਬ ਦੇ 91 MLAs ਕਰ ਰਹੇ ਨੇ, ਹੋਰ ਕੋਈ ਨਹੀਂ ਕਰ ਰਿਹਾ। ਇਹ ਇਹਨਾਂ ਨੂੰ ਪਤਾ ਨਹੀਂ, ਮੈਨੂੰ ਲੱਗਦਾ ਕਿ ਇਹ ਦਿਨ ਰਾਤ ਨੂੰ ਅਰਵਿੰਦ ਕੇਜਰੀਵਾਲ ਦਾ ਡਰ ਇਹਨਾਂ ਨੂੰ ਇੰਨਾ ਕੁ ਪੈ ਗਿਆ, ਕਿਉਂਕਿ 92 ਜਿਹੜੇ ਨੰਬਰਸ ਨੇ, ਹੁਣ ਇਹਨਾਂ ਨੂੰ ਇਹ ਡਰ ਪੈ ਗਿਆ ਵੀ ਅੱਜ ਤੱਕ 100 ਸਾਲ ਪੁਰਾਣੀ ਅਕਾਲੀ ਦਲ, 125-150 ਸਾਲ ਪੁਰਾਣੀ ਕਾਂਗਰਸ, ਵੀ ਇਹ ਤਾਂ ਉਸ ਜਿਹੜੇ ਹੈਗੇ ਉਹਨਾਂ ਫਿਗਰਾਂ ਤੱਕ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੈ, ਤਾਂ ਸੋਚ ਨਹੀਂ ਸਕਦੇ ਸੀ। ਕੱਲ੍ਹ ਮੈਂ ਦੇਖ ਰਿਹਾ ਸੀਗਾ ਰਾਜਾ ਵੜਿੰਗ ਦੀ ਜਿਹਦਾ ਕੋਈ ਸਟੇਟਮੈਂਟ ਚੱਲ ਰਹੀ ਸੀ ਵੀ ਅਸੀਂ 94 ਲੈ ਕੇ ਆਵਾਂਗੇ, 94 ਲੈ ਕੇ ਆਵਾਂਗੇ, ਉਹ ਰਿਜ਼ਲਟ 24 'ਚ ਪਤਾ ਲੱਗ ਜਾਣਾ, 94 ਵਾਲਾ ਜਿਹੜਾ ਇੰਪੈਕਟ ਹੈ 24 'ਚ ਪਤਾ ਲੱਗ ਜਾਣਾ, 13 MP ਸੀਟਾਂ ਨੇ ਉਹਦੇ 'ਚ ਪਤਾ ਲੱਗ ਜੂਗਾ ਕਿੱਥੋਂ ਵਧਣਗੇ ਕਿੱਥੋਂ ਕੱਢਣਗੇ। 94 ਦੀਆਂ ਤਾਂ ਗੱਲਾਂ 2027 'ਚ ਦੇਖਾਂਗੇ। ਸੋ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੀ ਮਿਲ ਸਕਦਾ, ਕਿਉਂਕਿ ਕਿਤੇ ਨਾ ਕਿਤੇ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਾਲਾਂਕਿ ਕੋਲੇ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਹੁਣ ਚੀਜ਼ਾਂ ਚੱਲ ਰਹੀਆਂ ਨੇ, ਬਿਜਲੀ ਨੂੰ ਲੈ ਕੇ ਕਾਫੀ ਜ਼ਿਆਦਾ ਚੀਜ਼ਾਂ ਨੇ, ਬਿਜਲੀ ਨੂੰ ਲੈ ਕੇ ਵੀ ਜਿਹੜਾ ਸੰਕਟ ਪੰਜਾਬ ਦੇ ਵਿੱਚ ਲਗਾਤਾਰ ਮੰਡਰਾ ਰਿਹਾ,
ਪੰਜਾਬ ਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਸੀ 300 ਯੂਨਿਟ ਬਿਜਲੀ ਫ੍ਰੀ ਦੇਣ ਵਾਲੇ, ਉਹਦੇ 'ਤੇ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਸਰਕਾਰ ਘੇਰਦੀ ਨਜ਼ਰ ਆਈ ਹੈ। ਪਹਿਲਾਂ ਸ਼ੁਰੂਆਤ ਹੁੰਦੀ ਹੈ ਜੀ ਕਿ 600 ਜਿਹੜਾ 600 ਯੂਨਿਟ 'ਚ ਇੱਕ ਯੂਨਿਟ ਹੋਊਗਾ ਤਾਂ ਜਨਰਲ ਵਰਗ ਹੀ ਪੇ ਕਰੂਗਾ, ਫਿਰ ਉਸ ਤੋਂ ਬਾਅਦ 2 ਕਿਲੋਵਾਟ ਦੀ ਕੈਪਿੰਗ ਵੀ ਲੱਗ ਜਾਂਦੀ, ਫਿਰ 1 ਕਿਲੋਵਾਟ ਦੀ ਕੈਪਿੰਗ ਲੱਗ ਜਾਂਦੀ ਹੈ। ਇਹ ਇਹਨਾਂ ਸਟੇਟਮੈਂਟਸ ਨੂੰ ਆਪਾਂ ਕਿੱਦਾਂ ਦੇਖੀਏ ਫਿਰ, ਕਿਉਂਕਿ ਸਵੇਰੇ ਸਟੇਟਮੈਂਟ ਮਾਨ ਸਾਹਿਬ ਕੁਛ ਹੋਰ ਦਿੰਦੇ ਨੇ, ਸ਼ਾਮੀ ਬਿਜਲੀ ਮੰਤਰੀ ਸਾਹਿਬ ਆ ਕੇ ਸਟੇਟਮੈਂਟ ਕੁਛ ਹੋਰ ਕਰ ਜਾਂਦੇ ਨੇ। ਸਰ ਜਿਹੜੀ ਬਿਜਲੀ ਮੁਫਤ ਦੀ ਜਿਹੜੀ ਸੁਵਿਧਾਵਾਂ ਕਦੋਂ ਤੋਂ ਲਾਗੂ ਹੋਣੀ ਆ? 1 ਤਰੀਕ ਤੋਂ, 1 ਜੂਨ ਤੋਂ। ਹੁਣ ਕੀ ਚੱਲ ਰਿਹਾ? ਹੈ ਤਾਂ ਮਈ ਹੈ, ਮਈ ਹਾਲੇ ਕਿੰਨਾ ਟਾਈਮ ਪਿਆ? ਲਗਭਗ 1 ਮਹੀਨਾ ਪਿਆ ਹੋਇਆ, ਲਗਭਗ ਜੂਨ ਪੂਰਾ ਪਿਆ ਔਰ ਰਾਊਂਡ ਅਬਾਊਟ ਕੋਈ 25 ਦਿਨ ਮਈ ਦੇ ਪਏ ਨੇ ਜੀ। ਯਾਨੀ ਕਿ ਕਹਿਣ ਦਾ ਮਤਲਬ ਵੀ ਸਰਕਾਰ ਕੋਲ ਹਾਲੇ 56 ਦਿਨ ਹੈਗੇ ਨੇ। ਇਹ 56 ਦਿਨਾਂ ਦੇ ਵਿੱਚ ਕੋਈ ਵੀ ਅਨਾਊਂਸਮੈਂਟ ਸੀ ਐੱਮ ਸਾਹਿਬ ਵਾਸਤੇ ਕਰਨ ਵਾਸਤੇ 56 ਸੈਕਿੰਡ ਹੀ ਬਹੁਤ ਨੇ। ਵੀ ਹੈਵ 56 ਡੇਜ਼, ਮਤਲਬ ਮਾਨਸਾ ਦੇ ਹੱਲੇ ਵਿੱਚ ਕੁਛ ਸੋਧ ਆ ਸਕਦਾ ਹੈ, ਬਹੁਤ ਕੁਛ ਹੈ ਸਾਡੇ, ਬਹੁਤ ਕੁਛ ਹੋਗਾ। ਓਕੇ, ਸੋ ਹੁਣ ਆਖਰੀ ਸਵਾਲਾਂ ਵੱਲ ਆਪਾਂ ਵੱਧਦੇ, ਕਿਉਂਕਿ ਕਿਸਾਨਾਂ ਦਾ ਪਿੱਛੇ ਤੁਸੀਂ ਦੇਖਿਆ ਹੋਵੇਗਾ, ਕਿਉਂਕਿ ਅੱਜ ਐਤਕੀ ਝੋਨਾ ਜਿਹੜਾ ਝਾੜ ਹੋਇਆ ਕਣਕ ਦਾ, ਉਹਦੇ ਵਿੱਚ ਕਾਫੀ ਕਿਸਾਨਾਂ ਨੂੰ ਨੁਕਸਾਨ ਹੋਇਆ। ਦੂਜੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਸਿੱਧੀ ਬਿਜਾਈ ਨੂੰ ਕਿਤੇ ਨਾ ਕਿਤੇ ਇਸ ਵੇਲੇ ਪ੍ਰਮੋਟ ਕਰ ਰਹੀ ਹੈ ਕਿ ਝੋਨੇ ਦੀ ਜਿਹੜੀ ਅੱਗੇ ਫਸਲ ਹੈ ਉਹਦੀ ਸਿੱਧੀ ਬਿਜਾਈ ਕੀਤੀ ਜਾਵੇ ਤਾਂ ਕਿ ਜਿਹੜਾ ਧਰਤੀ ਹੇਠਲਾ ਪਾਣੀ ਉਹਨੂੰ ਬਚਾਇਆ ਜਾ ਸਕੇ। ਕਿਸਾਨ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿਰੋਧ 'ਚ ਹਾਲੇ ਵੀ ਉਤਰਿਆ ਹੋਇਆ, ਕਿਉਂਕਿ 1500 ਰੁਪਿਆ ਦੇਣ ਦੀ ਗੱਲ ਤਾਂ ਕਿਤੇ ਨਾ ਕਿਤੇ ਸਰਕਾਰ ਵੱਲੋਂ ਕੀਤੀ ਗਈ ਹੈ, ਪਰ ਕਿਸਾਨ ਕਹਿੰਦਾ ਕਿ ਸਾਨੂੰ ਇਸ 'ਚ ਵੀ ਘੱਟ ਹੈ। ਕਿਸਾਨ ਕਹਿੰਦਾ ਕਿ ਸਿੱਧੀ ਬਿਜਾਈ ਨਾਲ ਉਹਨਾਂ ਨੂੰ ਫਸਲ ਦਾ ਵੀ ਰਿਸਕ ਹੈ, ਕਿਸਾਨ ਕਹਿੰਦਾ ਕਿ ਸਿੱਧੀ ਬਿਜਾਈ ਦੇ ਨਾਲ ਉਹਨਾਂ ਨੂੰ ਝਾੜ ਵੀ ਸਹੀ ਨਹੀਂ ਮਿਲਦਾ। ਫਿਰ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਐਤਕੀ ਐਕਸ਼ਨਸ ਲੈ ਸਕਦੀ ਹੈ ਜਿਹਦੇ ਵਿੱਚ ਸਿੱਧੀ ਬਿਜਾਈ ਨੂੰ ਲੈ ਕੇ ਜਿਹੜਾ ਹੈ ਐਕਸ਼ਨਸ ਹੋਣ, ਕਿਉਂਕਿ ਭਗਵੰਤ ਮਾਨ ਸਾਹਿਬ ਦੇਖਿਆ ਕੱਲ੍ਹ ਵੀ ਕਿਸਾਨਾਂ ਨੂੰ ਮਿਲ ਕੇ ਆਏ ਨੇ, ਜਿਸ ਦੇ ਵਿੱਚ ਖੁਦ ਜਾ ਕੇ ਉਹਨਾਂ ਨੇ ਸਿੱਧੀ ਬਿਜਾਈ ਦੀ ਕਿਸਾਨਾਂ ਨੂੰ ਗੱਲ ਕੀਤੀ ਹੈ। ਸਰ ਸਿੱਧੀ ਬਿਜਾਈ ਦੀ ਗੱਲ ਫਸਟ ਟਾਈਮ ਕੀਤੀ ਹੈ, ਕਰਕੇ ਵੇਖੋ, ਐਕਸਪੈਰੀਮੈਂਟ ਸੀ, ਟ੍ਰਾਇਲ ਬੇਸ ਸਹੀ, ਜੇ ਲੱਗਿਆ ਵੀ ਸਹੀ ਹੈ, ਸਹੀ ਕੀਮਤ ਮਿਲੀ ਹੈ, ਸਹੀ ਝਾੜ ਨਿਕਲਿਆ, ਮਿਹਨਤ ਘੱਟ ਹੈ, ਵਾਕਈ ਪਾਣੀ ਬਚ ਰਿਹਾ, ਤਾਂ ਫਿਰ ਇਹਨੂੰ ਕੰਟੀਨਿਊ ਕਰਾਂਗੇ। ਹਾਲੇ ਸ਼ੁਰੂ ਤਾਂ ਕਰੀਏ, ਤੁਸੀਂ ਇਹ ਦੇਖੋ ਸਾਡੇ ਪਾਣੀ ਦਾ ਲੈਵਲ ਕਿੱਥੇ ਚਲਾ ਗਿਆ ਜੀ। ਹੁਣ ਪਾਣੀ ਵੀ ਤਾਂ ਬਚਾਉਣਾ ਕਿ ਨਹੀਂ ਬਚਾਉਣਾ? ਜਦੋਂ ਪਰਮਾਤਮਾ ਨਾ ਕਰੇ ਉਹ ਦਿਨ ਵੇਖਣਾ ਪੈ ਜੇ ਸਾਨੂੰ, ਜਿਸ ਦਿਨ ਪਾਣੀ ਹੀ ਖਤਮ ਹੋ ਗਏ, ਫਿਰ ਵੀ ਤਾਂ ਬੀਜੋਗੇ ਨਾ ਕੋਈ ਨਾ ਕੋਈ, ਤਾਂ ਕਿਉਂ ਨਾ ਵੀ ਅੱਜ ਤੋਂ ਹੀ ਸ਼ੁਰੂਆਤ ਕਰ ਲਈਏ, ਅਸੀਂ ਉਹ ਸਮਾਂ ਕਿਉਂ ਆਉਣ ਦਈਏ, ਪੋਜ਼ਿਟਿਵ ਸੋਚੀਏ ਨਾ। ਦਰਅਸਲ ਜਿਹੜੇ ਕਿਸਾਨੀ ਦੀ ਤੁਸੀਂ ਗੱਲ ਕਰ ਰਹੇ ਨੇ ਵੀ ਇਹ ਵਿਰੋਧ ਕਰ ਰਹੇ ਨੇ, ਇਹ ਵਿਰੋਧ ਕਿਸਾਨ ਨਹੀਂ ਕਰ ਰਹੇ ਨੇ, ਉਹ ਜਿਹੜੇ ਕਾਂਗਰਸੀ ਜਾਂ ਅਕਾਲੀ ਦਲ ਹੈ ਜਿਹੜੇ ਉਹ ਆਪ ਕਿਸਾਨ ਨੇ ਇਹ ਵਿਰੋਧ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਬੋਲਣ ਦਾ ਕੁਛ ਨਾ ਕੁਛ ਤਾਂ ਚਾਹੀਦਾ ਨਾ। ਹੁਣ ਗੂੰਗੇ ਬਣ ਕੇ ਤਾਂ ਰਹਿ ਨਹੀਂ ਸਕਦੇ, ਕਿਉਂਕਿ ਜੇ ਗੂੰਗੇ ਬਣ ਕੇ ਰਹਿਣਗੇ ਲੋਕਾਂ ਨੇ ਤਾਂ ਵੈਸੇ ਐਡਾ ਵੱਡਾ ਮੰਡੇੜ ਦੇ ਕੇ ਉਹਨਾਂ ਪਹਿਲਾਂ ਹੀ ਗੂੰਗਾ ਕਰਤਾ, ਤਾਂ ਮੈਂ ਤਾਂ ਇਹ ਕਹੂੰਗਾ ਹਾਲੇ ਕਰਨ ਤਾਂ ਦਿਓ। ਅਤੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਹਾਲੇ ਵੀ ਉੱਠ ਰਹੇ ਨੇ, ਭਾਵੇਂ ਉਹ ਪਟਿਆਲਾ ਹਿੰਸਾ ਦੀ ਆਪਾਂ ਗੱਲ ਕਰ ਲਈਏ, ਉਹਦੇ 'ਚ ਕਿਹਾ ਜਾ ਰਿਹਾ ਕਿ ਪੰਜਾਬ ਦੀ ਇੰਟੈਲੀਜੈਂਸ ਨੂੰ ਕਿਤੇ ਨਾ ਕਿਤੇ ਇਨਫੋਰਮੇਸ਼ਨ ਸੀਗੀ, 4 ਦਿਨ ਪਹਿਲਾਂ ਪਤਾ ਸੀ ਕਿ ਦੋਨਾਂ ਗੁੱਟਾਂ ਨੇ ਇੱਕ ਆਲਰੇਡੀ ਇੱਕ ਲੈਟਰ ਜਿਹੜੀ ਹੈ ਉੱਥੇ ਲੋਕਲ SDM ਦੇ ਦਿੱਤੀ ਸੀਗੀ, ਲੋਕਲ ਪ੍ਰਸ਼ਾਸਨ ਨੂੰ ਦੇ ਦਿੱਤੀ ਸੀਗੀ, ਇੰਟੈਲੀਜੈਂਸ ਨੂੰ ਕਹਿੰਦੇ ਪਤਾ ਸੀ, ਫਿਰ ਵੀ ਆਮ ਆਦਮੀ ਪਾਰਟੀ ਸਰਕਾਰ ਕਿਤੇ ਨਾ ਕਿਤੇ ਡਿਲੇ ਹੋ ਗਈ ਐਕਸ਼ਨ ਲੈਣ ਦੇ ਵਿੱਚ, ਹਾਲਾਂਕਿ ਐਕਸ਼ਨ ਲਿੱਤੇ ਗਏ, IG ਸਾਹਿਬ ਉੱਥੇ ਪਹੁੰਚੇ, SSP ਸਾਹਿਬ ਉੱਥੇ ਬਦਲੇ ਗਏ, ਤਬਾਦਲੇ ਹੋਏ, ਹੋਰ ਵੀ ਐਕਸ਼ਨਸ ਹੋਏ, ਹਾਲਾਂਕਿ ਜਿਹੜੇ ਦੋਸ਼ੀ ਸਨ ਉਹ ਵੀ ਫੜੇ ਗਏ। ਮੈਂ ਇਹਦੇ 'ਚ ਸਰਕਾਰ ਦੀ ਕੋਈ ਫੇਲੀਅਰ ਨਹੀਂ ਮੰਨਦਾ, ਸਰਕਾਰ ਨੇ ਸਮੇਂ ਰਹਿੰਦੇ ਔਰ ਸਮੇਂ 'ਤੇ ਪੋਜ਼ਿਟਿਵ ਮੂਵਸ ਦੇ ਨਾਲ ਜਿਹੜੀ ਸਿਚੁਏਸ਼ਨ ਨੂੰ ਕੰਟਰੋਲ ਕੀਤਾ। ਸੀਗੇ ਕਈ ਐਂਟੀ ਸੋਸ਼ਲ ਐਲੀਮੈਂਟਸ ਜਿਨ੍ਹਾਂ ਨੂੰ ਪੰਜਾਬ ਦੀ ਸ਼ਾਂਤੀ ਪਸੰਦ ਨਹੀਂ, ਉਹ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਲੋਅ ਐਂਡ ਆਰਡਰ ਮੇਨਟੇਨ ਕਿਉਂ ਹੁੰਦਾ ਜਾ ਰਿਹਾ, ਉਹ ਨਹੀਂ ਚਾਹੁੰਦੇ ਕਿ ਲੋਕਾਂ ਦੇ ਵਿੱਚ ਸਦਭਾਵਨਾ ਬਣੀ ਰਹੇ, ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਬਣੀ ਰਹੇ, ਉਹ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ। ਮੈਂ ਛੋਟੀ ਜਿਹੀ ਇੱਕ ਤੁਹਾਡੇ ਨਾਲ ਗੱਲ ਜੀ ਸ਼ੇਅਰ ਕਰਾਂਗਾ ਜੀ। ਬੰਗਾਲ ਇਲੈਕਸ਼ਨ ਹੋਏ, BJP ਹਾਰੀ, ਮਮਤਾ ਜਿੱਤ ਗਈ, ਉਸ ਤੋਂ ਬਾਅਦ ਕੀ ਹੋਇਆ, ਮਰਡਰਸ ਹੋਏ, TMC ਕਾਰਿਆਕਰਤਾ ਨੂੰ ਇਹਨੂੰ ਮਾਰਤਾ, ਉਹਨਾਂ ਨੇ ਇਹਨੂੰ ਮਾਰਤਾ, ਨਿਕਲਿਆ ਕੀ ਇਨਵੋਲਵਮੈਂਟ, ਕਿੰਨਾ ਦੀ ਨਿਕਲੀ, ਮਰਿਆ ਕੌਣ? ਕਈਆਂ ਦਾ ਕੋਈ ਧਰਮ ਨਹੀਂ ਹੈਗਾ ਔਰ ਕਈਆਂ ਦਾ ਧਰਮ ਹੀ ਸੇਵਾ ਹੈ ਬਸ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਜੀ, ਥੈਂਕ ਯੂ ਵੈਰੀ ਮੱਚ। ਸੋ ਇਹ ਸਨ ਸਾਡੇ ਨਾਲ ਰਜਨੀਸ਼ ਕੁਮਾਰ ਦਈਆ, ਜੋ ਕਿ ਫਿਰੋਜ਼ਪੁਰ ਦਿਹਾਤੀ ਦੇ MLA ਨੇ ਅਤੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਵੀ ਨੇ ਪੰਜਾਬ ਦੇ। ਸੋ ਇਹਨਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਜਿਹੜਾ ਬੀਤੇ ਦਿਨ ਹੀ ਅੱਜ ਸਭ ਤੋਂ ਪਹਿਲਾਂ ਗੱਲ ਕੀਤੀ ਜਾਏਗੀ, ਅੱਜ ਜਿਹੜੀ ਭਗਵੰਤ ਮਾਨ ਸਾਹਿਬ ਨਾਲ ਮੀਟਿੰਗ ਹੋਈ ਹੈ ਉਸ ਦੇ ਬਾਰੇ ਗੱਲਬਾਤ ਕੀਤੀ। ਇਹਨਾਂ ਨੇ ਦੱਸਿਆ ਕਿ ਜਿਹੜੀ ਇਹਨਾਂ ਹਲਕੇ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ, ਖਾਸ ਕਰਕੇ ਉਹਨਾਂ ਨੂੰ ਜਿਹੜਾ ਭਗਵੰਤ ਮਾਨ ਸਾਹਿਬ ਨੂੰ ਨੋਟ ਕਰਵਾਇਆ ਗਿਆ, ਦੱਸਿਆ ਗਿਆ, ਉਸਦਾ ਰਿਜ਼ਲਟ ਛੇਤੀ ਦੇਖਣ ਨੂੰ ਮਿਲਿਆ ਅਤੇ ਨਾਲ ਹੀ ਨਾਲ ਜਿਹੜੇ ਸਵਾਲ ਜਿਹੜੇ ਨੇ ਬੀਤੇ ਦਿਨੀ PPCC ਪ੍ਰਧਾਨ ਵੱਲੋਂ ਚੱਕੇ ਗਏ ਜਾਂ ਫਿਰ ਪ੍ਰਤਾਪ ਬਾਜਵਾ ਵੱਲੋਂ ਚੱਕੇ ਗਏ ਨੇ, ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਜਵਾਬ ਦਿੰਦੇ ਵੀ ਨਜ਼ਰ ਆਏ ਨੇ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਜਿੰਦਰ ਉੱਲਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ।